ਕਿਤੇ ਫੋਰਮੈਨ ਰੁਪਈਆਂ ਦੀ ਚਕਾਚੌਂਦ ਦੇ ਵਿੱਚ ਖੋ ਨਾ ਜਾਵੇ। ਜੇ ਕਿਸੇ ਨੇ ਤੈਨੂੰ ਕੁਛ ਕਹਿਤਾ ਤੇ ਤੂੰ ਬਰਦਾਸ਼ਤ ਨਹੀਂ ਹੋਣਾ, ਐਵੇਂ ਖਮਖਾ ਗੱਲ ਵੱਜੂਗੀ। ਇਹਦੇ ਕਰਕੇ ਤਾਂ ਤੂੰ ਬਚ ਗਈ, ਨਹੀਂ ਤਾਂ ਤੇਰੇ ਵਰਗੀਆਂ ਬਹੁਤ ਬੁੜੀਆਂ ਸਿੱਧੀਆਂ ਕੀਤੀਆਂ ਨੇ ਮੈਂ। ਆਰਡਰ ਮੈਨੂੰ ਦਵਾਇਓ, ਮੈਂ ਤੁਹਾਡੀ ਮਿਹਨਤ ਦਾ ਪੂਰਾ ਮੁੱਲ ਪਾਉਂਗਾ। ਕਿ ਤੂੰ ਦੇਵ ਨੂੰ ਤਰੱਕੀ ਕਰਦੇ ਨੂੰ ਕਦੇ ਵੀ ਰੋਕ ਨਹੀਂ ਸਕਦਾ। ਉਹ ਆ ਜਾ ਹੁਣ, ਕਿੰਨਾ ਟਾਈਮ ਲਾਈ ਜਾਂਦੀ ਆ। ਉਹ ਆ ਗਈ ਭੈਣੇ, ਇਹਨੂੰ ਤਾਂ ਠੀਕ ਕਰ ਲਾ ਮੈਂ। ਮੈਂ ਤੈਨੂੰ ਇੱਕ ਗੱਲ ਦੱਸਦੀ ਆ, ਆਪਾਂ ਚੱਲੇ ਤਾਂ ਹੈਗੇ ਆ, ਆ ਪਹਿਲਾਂ ਜੁੱਤੀ ਦਾ ਕੰਮ ਕਰਨਾ, ਆ ਮੇਰਾ ਗੁੱਠਾ ਵੀ ਦੁਖਣ ਲੱਗ ਗਿਆ ਬੱਦਰੀ ਪਿਸ਼ਾਬ ਸਾ ਕੇ। ਚੱਲ ਠੀਕ ਆ, ਜੋ ਕੁਛ ਲੈਣਾ ਲੈ ਲਈ, ਪਹਿਲਾਂ ਘਰੋਂ ਤੁਰ ਤਾਂ ਸਹੀ। ਸੱਚ ਭਾਬੀ ਦਾ ਕੀ ਕਰਨਾ? ਉਹ ਭਾਬੀ ਦਾ ਕੀ ਕਰਨਾ, ਤੁਹਾਨੂੰ ਪਤਾ ਹੀ ਆ, ਉਹ ਸ਼ੇਰ ਦੀ ਬੱਚੀ ਆ, ਕਿੰਨੀ ਦੇਰ ਤੱਕ ਹੋਰਾਂ ਦਾ ਕੀਤਾ ਹੋਇਆ ਸ਼ਿਕਾਰ ਖਾਊਗੀ, ਉਹਨੂੰ ਆਪ ਵੀ ਤਾਂ ਸ਼ਿਕਾਰ ਕਰਨਾ ਹੀ ਪੈਣਾ। ਦੇਖ ਲਾ ਕਿਤੇ ਸ਼ਿਕਾਰ ਕਰਦੀ ਕਰਦੀ ਆਪ ਹੀ ਨਾ ਸ਼ਿਕਾਰ ਬਣ ਜਾਏ। ਮੈਂ ਤਾਂ ਕਹਿੰਦੀ ਉਹਨੂੰ ਨਾਲ ਲੈ ਹੀ ਚੱਲਦੇ ਹਾਂ। ਤੁਸੀਂ ਕਿਤੇ ਚੱਲੇ ਹੋ, ਮੈਨੂੰ ਵੀ ਨਾਲ ਲੈ ਕੇ ਜਾਇਓ, ਮੈਨੂੰ ਇਕੱਲੀ ਨੂੰ ਨਾ ਛੱਡ ਕੇ ਜਾਇਓ। ਭਾਬੀ ਤੈਨੂੰ ਕਿਵੇਂ ਅਸੀਂ ਨਾਲ ਲੈ ਜਾਈਏ, ਉਹ ਘਰ ਦੇ ਸਾਰੇ ਕੰਮ ਕਰਨ ਵਾਲੇ ਪਏ ਆ, ਰਸੋਈ ਦੇ ਕੰਮ ਪਏ ਆ, ਆ ਝਾੜੂ ਪੋਚਾ ਪਿਆ। ਜੇ ਕਿਤੇ ਚਾਚੀ ਨੂੰ ਪਤਾ ਲੱਗ ਗਿਆ ਵੀ ਘਰ ਦੇ ਕੰਮ ਛੱਡ ਕੇ ਤੁਹਾਨੂੰ ਨਾਲ ਲੈ ਗਏ, ਉਹ ਤਾਂ ਸਾਨੂੰ ਵੀ ਬੋਲੂਗੀ। ਲੈ ਆ ਤਾਂ ਤੁਸੀਂ ਝੂਠ ਬੋਲਦੇ ਹੋ, ਮੰਮੀ ਜੀ ਤੁਹਾਨੂੰ ਕਿੱਦਾਂ ਬੋਲਣਗੇ, ਪਹਿਲਾਂ ਵੀ ਤਾਂ ਤੁਸੀਂ ਮੈਨੂੰ ਨਾਲ ਲੈ ਕੇ ਗਏ ਸੀ, ਹੁਣ ਵੀ ਲੈ ਜਾਓ, ਮੈਨੂੰ ਇਕੱਲੀ ਨੂੰ ਨਾ ਛੱਡ ਕੇ ਜਾਇਓ। ਨਾਲੇ ਘਰ ਵਿੱਚ ਤਾਂ ਚੱਲਦੀ ਵੀ ਤੁਹਾਡੀ ਹੋਈ ਆ, ਆਪਾਂ ਐਂ ਕਰਦੇ ਹਾਂ ਪਹਿਲਾਂ ਵਾਂਗੂ ਨਾ ਘਰ ਦਾ ਸਾਰਾ ਕੰਮ ਨਿਬੇੜ ਲੈਂਦੇ ਹਾਂ ਫਿਰ ਚੱਲਦੇ ਹਾਂ। ਨਹੀਂ ਨਹੀਂ ਭਾਬੀ, ਅਸੀਂ ਤਾਂ ਜਾਣ ਆਉਣ ਹੀ ਕਰਨਾ, ਜ਼ਿਆਦਾ ਟਾਈਮ ਥੋੜ੍ਹੀ ਲਾਉਣਾ ਵਾ। ਨਹੀਂ ਚਾਹੇ ਤੁਸੀਂ ਥੋੜ੍ਹੀ ਦੇਰ ਲਈ ਜਾਣਾ ਪਰ ਮੈਨੂੰ ਨਾਲ ਲੈ ਕੇ ਜਾਇਓ, ਮੈਂ ਹੱਥ ਜੋੜਦੀ ਹਾਂ, ਮੈਨੂੰ ਇਕੱਲੀ ਨੂੰ ਨਾ ਛੱਡ ਕੇ ਜਾਇਓ। ਤੁਹਾਨੂੰ ਪਤਾ ਤੁਹਾਡਾ ਦੋਵਾਂ ਦਾ ਤਾਂ ਡਰ ਹੀ ਇੰਨਾ ਘਰ ਦੇ ਵਿੱਚ, ਜਿੱਦਣ ਦਾ ਤੁਸੀਂ ਉਹਨਾਂ ਨੂੰ ਘੂਰਿਆ ਵਾ ਨਾ, ਤੁਹਾਡਾ ਭਰਾ ਅਤੇ ਤੁਹਾਡੇ ਚਾਚਾ ਜੀ ਉਸ ਦਿਨ ਦੇ ਘਰ ਹੀ ਨਹੀਂ ਆਏ। ਉਹ ਆਉਣਗੇ ਵੀ ਕਿਹੜੇ ਮੂੰਹ ਨਾਲ, ਉਹਨਾਂ ਨੇ ਗਲਤੀ ਹੋਈ ਇਹੋ ਜਿਹੀ ਕੀਤੀ ਸੀ। ਹਾਂ ਦੇਖਿਆ, ਤਾਂ ਹੀ ਮੈਂ ਕਹਿੰਦੀ ਹਾਂ ਤੁਸੀਂ ਮੈਨੂੰ ਇਕੱਲੀ ਨੂੰ ਛੱਡ ਕੇ ਨਹੀਂ ਜਾਣਾ। ਤੁਹਾਨੂੰ ਮੈਂ ਦੱਸ ਨਹੀਂ ਸਕਦੀ ਤੁਸੀਂ ਦੋਵੇਂ ਮੇਰੇ ਲਈ ਕੀ ਹੋ, ਮੇਰੇ ਲਈ ਨਣਦਾ ਨਹੀਂ ਬਲਕਿ ਰੱਬ ਦੇ ਭੇਜੇ ਹੋਏ ਮਸੀਹੇ ਹੋ। ਤੁਹਾਨੂੰ ਪਤਾ ਭੁੱਬਾਂ ਚੀਸਾਂ ਹੌਂਕਿਆਂ ਤਕਲੀਫਾਂ ਅਤੇ ਜਜ਼ਬਾਤਾਂ ਦੀ ਆਵਾਜ਼ ਨਹੀਂ ਹੁੰਦੀ ਪਰ ਮੈਨੂੰ ਐਂ ਲੱਗਣ ਲੱਗ ਪਿਆ ਵੀ ਉਸ ਰੱਬ ਨੇ ਮੇਰੀਆਂ ਉਹ ਆਵਾਜ਼ਾਂ ਵੀ ਸੁਣ ਲਈਆਂ ਜਿਹੜਾ ਰੱਬ ਨੇ ਤੁਹਾਨੂੰ ਦੋਵਾਂ ਨੂੰ ਮੇਰੇ ਕੋਲ ਭੇਜਤਾ। ਲੱਗਦਾ ਰੱਬ ਨੇ ਵੀ ਮੇਰੇ ਹੌਂਕਿਆਂ ਦੀ ਆਵਾਜ਼ ਸੁਣ ਲਈ। ਬਸ ਕਰ ਭਾਬੀ, ਜੇਕਰ ਤੇਰੇ ਹੌਂਕਿਆਂ ਦੀ ਆਵਾਜ਼ ਉਸ ਰੱਬ ਨੇ ਸੁਣੀ ਆ ਨਾ, ਤਾਂ ਹੁਣ ਤੇਰੇ ਹਾਸਿਆਂ ਦੀ ਆਵਾਜ਼ ਗੂੰਜੂਗੀ। ਜਦੋਂ ਮੇਰੇ ਤਾਏ ਨੇ ਤੁਹਾਡੇ ਭਰਾ ਨੂੰ ਮੇਰੇ ਲਈ ਦੇਖਿਆ ਸੀ ਉਦੋਂ ਮੈਨੂੰ ਇਹ ਕਾਢ ਲਈ ਸੀ ਵੀ ਮੁੰਡਾ ਕੀ ਕਰਦਾ ਕਿਵੇਂ ਦਾ ਵਾ। ਬਸ ਮੈਨੂੰ ਇਸ ਚੀਜ਼ ਦੀ ਖੁਸ਼ੀ ਸੀ ਕਿ ਜਿਹੜਾ ਪਿਆਰ ਮੈਨੂੰ ਮਾਂ ਪਿਓ ਦਾ ਉਸ ਘਰ 'ਚ ਨਹੀਂ ਮਿਲਿਆ ਇਸ ਘਰ 'ਚ ਮਿਲੂਗਾ, ਕਿਉਂਕਿ ਤੁਹਾਡੇ ਚਾਚਾ ਚਾਚੀ ਨੂੰ ਮੈਂ ਕਦੇ ਸੱਸ ਸਹੁਰਾ ਨਹੀਂ ਸੀ ਮੰਨਿਆ। ਇਹਨਾਂ ਵਿੱਚੋਂ ਮੈਂ ਆਪਣੇ ਮਾਂ ਪਿਓ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ
ਪਰ ਇਹਨਾਂ ਨੇ ਤਾਂ ਮੇਰਾ ਭਰਮ ਹੀ ਤੋੜਤਾ। ਕਿਸੇ ਨੇ ਸੱਚ ਹੀ ਕਿਹਾ, ਮਾਂ ਪਿਓ ਦਾ ਪਿਆਰ ਸਿਰਫ ਮਾਂ ਪਿਓ ਹੀ ਦੇ ਸਕਦੇ ਆ, ਹੋਰ ਕੋਈ ਨਹੀਂ ਦੇ ਸਕਦਾ। ਭਾਬੀ, ਇਹ ਸਾਰੀ ਕਰਮਾਂ ਦੀ ਗੱਲ ਹੁੰਦੀ ਆ। ਹੁਣ ਅਸੀਂ ਵੀ ਤਾਂ ਮਾਂ ਪਿਓ ਵਾਰੀ ਹਾਂ। ਤੁਹਾਨੂੰ ਪਤਾ, ਦੀਦੀ ਨੂੰ ਭਾਵੇਂ ਰਿਸ਼ਤਿਆਂ ਦੀ ਕਮੀ ਮਹਿਸੂਸ ਹੁੰਦੀ ਹੋਵੇ, ਪਰ ਦੀਦੀ ਨੇ ਕਦੇ ਮੈਨੂੰ ਮਾਂ ਅਤੇ ਪਿਓ ਦੋਨਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਮਿੰਦੋ, ਤੂੰ ਬਹੁਤ ਭਾਗਾਂ ਵਾਲੀ ਆ। ਤੈਨੂੰ ਇੰਨਾ ਪਿਆਰ ਕਰਨ ਵਾਲੀ ਭੈਣ ਮਿਲੀ, ਹੱਲਾ ਸ਼ਰੀਰ ਦੇਣ ਵਾਲਾ ਬਾਬਾ ਮਿਲਿਆ, ਪਰ ਮੈਂ ਤਾਂ ਹਰ ਰਿਸ਼ਤੇ ਤੋਂ ਹੀ ਵਾਂਝੀ ਰਹਿ ਗਈ। ਭਾਬੀ, ਇੱਦਾਂ ਕਿਉਂ ਕਹਿੰਦੀ ਆ? ਦੇਰ ਨਾਲ ਹੀ ਸਹੀ, ਤੈਨੂੰ ਭੈਣਾਂ ਦਾ ਰਿਸ਼ਤਾ ਮਿਲਿਆ ਨਹੀਂ। ਭਾਬੀ, ਇੰਨਾ ਭੈਣਾਂ ਨੇ ਤੈਨੂੰ ਹੱਲਾ ਸ਼ੇਰੀ ਦੇ ਕੇ ਸ਼ੇਰ ਨਹੀਂ ਬਣਾ ਦੇਣਾ। ਇੱਕ ਗੱਲ ਯਾਦ ਰੱਖੀ, ਰੋਂਦੇ ਨੂੰ ਦੁਨੀਆ ਬਹੁਤ ਰਵਾਉਂਦੀ ਆ, ਇੱਥੇ ਆਪਣੇ ਹੰਝੂ ਆਪ ਹੀ ਪੂੰਝਣੇ ਪੈਂਦੇ ਆ। ਭਾਬੀ, ਜ਼ਿੰਦਗੀ ਵਿੱਚ ਹਾਲਾਤ ਬਦਲਣ ਲਈ ਨਾ ਕਈ ਵਾਰ ਸਖ਼ਤ ਫੈਸਲੇ ਲੈਣੇ ਹੀ ਪੈਂਦੇ, ਕਿਉਂਕਿ ਡਰ ਕੇ ਬੈਠਣ ਨਾਲ ਨਾ ਤਾਂ ਜ਼ਿੰਦਗੀ ਬਦਲਦੀ ਹੈ ਅਤੇ ਨਾ ਹਾਲਾਤ। ਇੱਕ ਗੱਲ ਹੋਰ ਯਾਦ ਰੱਖੀ ਭਾਬੀ, ਜੇ ਜ਼ੁਲਮ ਕਰਨਾ ਪਾਪ ਆ ਨਾ, ਤਾਂ ਜ਼ੁਲਮ ਸਹਿਣਾ ਉਹ ਤੋਂ ਵੀ ਵੱਡਾ ਪਾਪ ਆ। ਤੂੰ ਹਿੰਮਤ ਰੱਖ, ਆਪਣੇ ਅੰਦਰੋਂ ਸਾਰੇ ਡਰ ਕੱਢ ਦੇ ਅਤੇ ਜ਼ੁਲਮ ਦੇ ਖਿਲਾਫ ਡਟ ਕੇ ਖੜੀ ਹੋ ਜਾ। ਭਾਬੀ, ਹੁਣ ਅਸੀਂ ਚੱਲੇ ਹਾਂ, ਆਪਣਾ ਧਿਆਨ ਰੱਖੀ, ਸ਼ੇਰ ਨਹੀਂ ਬਣ, ਚੂਹੀ ਬਣ ਕੇ ਨਹੀਂ ਰਹਿਣਾ। ਆ ਜਾ ਦੀਦੀ, ਚੱਲੀਏ। ਭਾਬੀ, ਸ਼ੇਰਨੀ ਆ ਤੂੰ, ਅਤੇ ਸ਼ੇਰਨੀ ਸ਼ਿਕਾਰ ਕਰਦੀ ਹੁੰਦੀ ਆ, ਡਰਦੀ ਨਹੀਂ ਹੁੰਦੀ। ਜੇ ਹੁਣ ਤੈਨੂੰ ਚਾਚੀ ਨੇ ਕੁਛ ਕਿਹਾ ਨਾ, ਤਾਂ ਉਹਦਾ ਸ਼ਿਕਾਰ ਕਰਨਾ, ਡਰਨਾ ਨਹੀਂ। ਮੰਮੀ ਤਾਂ ਵੈਸੇ ਵੀ ਕੁਛ ਨਹੀਂ ਬੋਲਦੇ ਹੁਣ, ਕਿਉਂਕਿ ਤਾਇਆ ਜੀ ਨੇ ਇੰਨਾ ਸਮਝਾਇਆ ਤਾਂ ਹੈ। ਉਹ ਲੋਕ ਤਾਂ ਰੱਬ ਦੇ ਸਮਝਾਏ 'ਤੇ ਨਹੀਂ ਸਮਝਦੇ, ਇਹ ਤਾਂ ਫਿਰ ਤਾਏ ਨੇ ਸਮਝਾਈ ਆ। ਨਾਲੇ ਭਾਬੀ, ਇੱਕ ਕਹਾਵਤ ਤਾਂ ਸੁਣੀ ਹੋਣੀ ਆ, ਉਹ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੁੰਦੀ, ਪਰ ਆਪਾਂ ਸਿੱਧੀ ਕਰਨੀ ਆ, ਜੇ ਨਾ ਸਿੱਧੀ ਹੋਈ ਤਾਂ ਵੱਢ ਹੀ ਦੇਣੀ ਆ। ਚੱਲ ਹੁਣ ਧਿਆਨ ਰੱਖੀ ਭਾਬੀ, ਚਲੋ ਦੀਦੀ। ਭਾਬੀ, ਸ਼ੇਰਨੀ ਆ ਤੂੰ, ਅਤੇ ਸ਼ੇਰਨੀ ਸ਼ਿਕਾਰ ਕਰਦੀ ਹੁੰਦੀ ਆ, ਡਰਦੀ ਨਹੀਂ ਹੁੰਦੀ। ਜੇ ਹੁਣ ਤੈਨੂੰ ਚਾਚੀ ਨੇ ਕੁਛ ਕਿਹਾ ਨਾ, ਤਾਂ ਉਹਦਾ ਸ਼ਿਕਾਰ ਕਰਨਾ, ਡਰਨਾ ਨਹੀਂ। ਮਨਪ੍ਰੀਤ, ਕੀ ਕਰੀ ਜਾਂਦੀ ਆ? ਮੈਂ ਤੈਨੂੰ ਬਾਹਰ ਡਿੱਕੀ ਜਾਂਦੀ ਹਾਂ, ਚੱਲ ਚੱਲੀਏ, ਫਿਰ ਦੇਵ ਨੇ ਆ ਜਾਣਾ, ਮੈਂ ਰੋਟੀ ਵੀ ਬਣਾਉਣੀ ਆ। ਮੰਮੀ, ਮੈਨੂੰ ਪਤਾ ਆਪਾਂ ਲੇਟ ਹੁੰਦੇ ਪਏ ਹਾਂ, ਪਰ ਤੁਸੀਂ ਇੱਦਾਂ ਨਹੀਂ ਜਾਣਾ ਹੈਗਾ, ਮੇਰੀ ਸਹੇਲੀ ਦਾ ਜਨਮ ਦਿਨ ਆ, ਤੁਸੀਂ ਇਹਨਾਂ ਸੂਟਾਂ 'ਚ ਕੋਈ ਇੱਕ ਸੂਟ ਪਾ ਲਓ। ਉਹ ਨਹੀਂ ਨਹੀਂ, ਮੈਂ ਇੰਨੇ ਗੂੜੇ ਰੰਗਾਂ ਦੇ ਸੂਟ ਨਹੀਂ ਪਾ ਸਕਦੀ, ਤੂੰ ਇੱਦਾਂ ਹੀ ਚੱਲ। ਕਿਉਂ, ਇਹ ਸੂਟ ਤੁਹਾਡੇ ਹੀ ਨੇ ਨਾ, ਪਹਿਲਾਂ ਵੀ ਤਾਂ ਪਾਉਂਦੇ ਸੀ, ਹੁਣ ਪਾਉਣ 'ਚ ਕੀ ਪ੍ਰੋਬਲਮ ਆ, ਪਾਓ। ਪਹਿਲਾਂ ਅਤੇ ਹੁਣ ਵਿੱਚ ਪੁੱਤ ਬਹੁਤ ਫਰਕ ਆ। ਪਹਿਲਾਂ ਤੇਰੇ ਡੈਡੀ ਸੀ ਤਾਂ ਮੈਂ ਗੂੜੇ ਰੰਗ ਪਾ ਲੈਂਦੀ ਸੀ, ਪਰ ਵਿਧਵਾ ਔਰਤ
ਵਿਧਵਾ ਔਰਤ ਗੂੜਾ ਸੂਟ ਨਹੀਂ ਪਾਉਂਦੀ। ਤੂੰ ਆਹੀ ਠੀਕ ਹੈ, ਇੱਦਾਂ ਹੀ ਚੱਲ। ਮੰਮੀ ਇਹ ਕਿੱਥੇ ਲਿਖਿਆ ਵਾ ਵੀ ਵਿਧਵਾ ਔਰਤ ਗੂੜੇ ਰੰਗ ਨਹੀਂ ਪਾ ਸਕਦੀਆਂ? ਇਹ ਸਾਰੇ ਰਿਵਾਜ਼ ਨਾ ਬੁੜੀਆਂ ਨੇ ਬਣਾਏ ਹੋਏ ਨੇ। ਮੈਂ ਤੁਹਾਨੂੰ ਆਹੀ ਸੂਟ ਪਵਾ ਕੇ ਲੈ ਕੇ ਜਾਣਾ। ਜਿਹੜੇ ਰਿਵਾਜ਼ ਦੁੱਖ ਦਿੰਦੇ ਨੇ ਨਾ, ਮੈਂ ਉਹਨਾਂ ਨੂੰ ਮੰਨਦੀ ਨਹੀਂ। ਚੁੱਪ ਕਰਕੇ ਆਹ ਸੂਟ ਪਾ ਲਓ। ਮਨਪ੍ਰੀਤ, ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ? ਜਿੱਦ ਨਾ ਕਰ। ਜਿਹੜਾ ਕੰਮ ਨਹੀਂ ਹੋ ਸਕਦਾ ਨਾ, ਮੈਂ ਨਹੀਂ ਕਰਨਾ। ਜੇ ਜਾਣਾ ਤਾਂ ਚੱਲ, ਨਹੀਂ ਰਹਿਣ ਦੇ। ਕਿਉਂ ਰਹਿਣ ਦੇ ਮੰਮੀ? ਤੁਸੀਂ ਮੇਰੇ ਨਾਲ ਮੇਰੀ ਸਹੇਲੀ ਦੇ ਘਰੇ ਜਾਣਾ ਤੇ ਆਹੀ ਸੂਟ ਪਾ ਕੇ ਜਾਣਾ। ਚੁੱਪ ਕਰਕੇ ਪਾਓ ਤੇ ਮੇਰੇ ਨਾਲ ਚੱਲੋ। ਮਨਪ੍ਰੀਤ, ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਤੂੰ ਨਾ ਜਿੱਦ ਕਰ। ਮੰਮੀ, ਤੁਸੀਂ ਮੇਰੀ ਜਿੱਦ ਹੀ ਸਮਝੋ। ਤੁਸੀਂ ਮੈਨੂੰ ਇੱਕ ਗੱਲ ਦਿਲੋਂ ਦੱਸੋ, ਤੁਹਾਡਾ ਜੀ ਨਹੀਂ ਕਰਦੇ ਸੂਟ ਪਾਉਣ ਨੂੰ? ਪਹਿਲਾਂ ਮੰਮੀ ਤੁਸੀਂ ਇਹ ਸੂਟ ਪਾਉਂਦੇ ਸੀ ਆਪਣੀ ਖੁਸ਼ੀ ਲਈ, ਡੈਡੀ ਦੀ ਖੁਸ਼ੀ ਲਈ, ਪਰ ਹੁਣ ਤੁਸੀਂ ਇਹ ਸੂਟ ਪਾਉਂਗੇ ਸਾਡੀ ਖੁਸ਼ੀ ਲਈ, ਆਪਣੇ ਬੱਚਿਆਂ ਦੀ ਖੁਸ਼ੀ ਲਈ। ਨਹੀਂ ਪੁੱਤ, ਲੋਕਾਂ ਦੀ ਜਿਹੜੀ ਜਵਾਨ ਹੈ ਨਾ, ਤਲਵਾਰ ਵਰਗੀ ਤਿੱਖੀ ਹੁੰਦੀ ਹੈ। ਮੈਥੋਂ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਣੀਆਂ, ਮੈਂ ਨਹੀਂ ਪਾਉਣਾ। ਮੰਮੀ, ਤੁਹਾਨੂੰ ਲੋਕਾਂ ਦੀ ਪਰਵਾਹ ਵਾ, ਪਰ ਆਪਣੇ ਬੱਚਿਆਂ ਦੀ ਪਰਵਾਹ ਨਹੀਂ। ਸਾਨੂੰ ਤੁਸੀਂ ਇਹ ਫਿੱਕੇ ਰੰਗਾਂ 'ਚ ਸੋਹਣੇ ਨਹੀਂ ਲੱਗਦੇ, ਸਾਨੂੰ ਤੁਸੀਂ ਪਹਿਲਾਂ ਵਰਗੇ ਹੀ ਸੋਹਣੇ ਲੱਗਦੇ ਹੋ। ਮੇਰੇ ਕਹਿਣ 'ਤੇ ਇੱਕ ਵਾਰੀ ਇਹ ਸੂਟ ਪਾ ਲਓ। ਨਹੀਂ ਮਨਪ੍ਰੀਤ, ਮੈਂ ਇਹ ਸੂਟ ਨਹੀਂ ਪਾਉਣਾ। ਹਾਂ, ਆਹ ਚੁੰਨੀ ਆ, ਮੈਂ ਚੁੰਨੀ ਲੈ ਲੈਂਦੀ ਹਾਂ। ਠੀਕ ਆ, ਲਓ ਫਿਰ ਆਹ ਚੁੰਨੀ ਲਓ ਅਤੇ ਚਲੋ ਚੱਲੀਏ। ਕਿੰਨੀ ਸੋਹਣੀ ਲੱਗਦੀ ਹੈ ਮੰਮੀ। ਜੇ ਤੁਸੀਂ ਸੂਟ ਵੀ ਪਾ ਲਵੋ ਤਾਂ? ਤੂੰ ਹੁਣ ਜ਼ਿਆਦਾ ਵਧੀ ਨਾ, ਚੱਲ ਚੱਲਣਾ ਚੱਲ, ਨਹੀਂ ਮੈਂ ਰੋਟੀ ਲਾਉਣ ਲੱਗਦੀ ਹਾਂ। ਚਲੋ ਮੰਮੀ ਚੱਲੀਏ। ਹਾਏ ਨੀ, ਮੈਂ ਮਰ ਜਾ। ਆ ਤੂੰ ਚੁੰਨੀ ਕਿਹੜੇ ਰੰਗ ਦੀ ਲੈ ਲਈ? ਬੀਬੀ, ਮਨਪ੍ਰੀਤ ਦੀ ਸਹੇਲੀ ਦਾ ਜਨਮ ਦਿਨ ਆ, ਇਹ ਤਾਂ ਮੈਨੂੰ ਕਹਿੰਦੀ ਸੀ ਗੂੜਾ ਸੂਟ ਪਾ ਕੇ ਚੱਲ, ਪਰ ਮੈਂ ਕਿਹਾ ਨਹੀਂ, ਮੈਂ ਗੂੜੀ ਚੁੰਨੀ ਲੈ ਕੇ ਚਲੀ ਜਾਂਦੀ ਹਾਂ, ਇਹਦੀ ਜਿੱਦ ਕਰਕੇ ਲਈ ਆ। ਨਾ, ਤੂੰ ਤਾਂ ਕਹਿੰਦੀ ਸੀ ਵਰੀਣੇ ਤੋਂ ਪਹਿਲਾਂ ਕੋਈ ਸ਼ਗਨ ਨਹੀਂ ਕਰਨਾ, ਤੇ ਤੂੰ ਅੱਜ ਹਾਸ ਸ਼ਗਨਾਂ ਵਾਲੀ ਚੁੰਨੀ ਲਈ ਫਿਰਦੀ ਆ। ਮਨਪ੍ਰੀਤ, ਮੈਂ ਤੈਨੂੰ ਕਿਹਾ ਸੀ ਨਾ, ਮੈਂ ਚਿੱਟੀ ਚੁੰਨੀ ਲੈ ਕੇ ਆਉਂਦੀ ਹਾਂ। ਭੈਣ ਜੀ, ਅਟਕ ਵੰਜ ਜੇ ਕਿਉਂ ਕਰੀ ਜਾਂਦੇ ਹੋ? ਤੁਸੀਂ ਕੁੜੀ ਦਾ ਨਾਂ ਲੈ ਕੇ ਆ ਗੂੜੇ ਰੰਗ ਦੀ ਚੁੰਨੀ ਲਈ ਆ, ਸ਼ਕੀਨੀਆਂ ਕਰਨ ਨੂੰ ਤਾਂ ਤੁਹਾਡਾ ਆਪਦਾ ਜੀ ਕਰਦਾ। ਚਾਚੀ, ਆਪਣਾ ਮੂੰਹ ਬੰਦ ਕਰ ਲਾ। ਮੈਂ ਕਿਹਾ ਸੀ ਮੰਮੀ ਨੂੰ ਆਹ ਰੰਗ ਦੀ ਚੁੰਨੀ ਲੈਣ ਨੂੰ, ਨਾਲੇ ਮੇਰੀ ਮਾਂ ਜੋ ਮਰਜ਼ੀ ਕਰੇ, ਮੇਰਾ ਜੀ ਕਰਦਾ ਮੇਰੀ ਮਾਂ ਸ਼ਕੀਨੀਆਂ ਕਰੇ ਨਾ। ਕੱਲ ਨੂੰ ਤਾਂ ਤੇਰਾ ਜੀ ਕਰੂਗਾ ਕਿ ਮੇਰੀ ਮਾਂ ਨਵਾਂ ਡੈਡੀ ਲੈ ਆਵੇ। ਆਪਣੀ ਬਕਵਾਸ ਬੰਦ ਕਰ ਲੈ। ਉਹ ਮੇਰੀ ਤਾਂ ਬਕਵਾਸ ਬੰਦ ਹੋ ਜੂ, ਤੂੰ ਉਹ ਲੱਛਣ ਹੀ ਨਾ ਕਰ ਜਿਹੜੇ ਕਰਦੀ ਪਈ ਆ। ਨਾ, ਕਿਹੜੇ ਲੱਛਣ ਦੇਖ ਲੈ ਬੀਬੀ ਮੇਰੀ ਮਾਂ ਦੇ? ਤੂੰ ਇੱਕ ਚੁੰਨੀ ਲਈ ਆ, ਇਹਦੇ ਬਾਰੇ ਤੂੰ ਘਰ ਸਿਰ ਤੇ ਚੱਕ ਲਿਆ, ਤੇ ਜੋ ਕੁਛ ਘਰ 'ਚ ਹੋ ਰਿਹਾ ਉਹਦੇ ਬਾਰੇ ਤੇਰਾ ਮੂੰਹ ਬੰਦ ਆ। ਬਕਵਾਸ ਨਾ ਬੰਦ ਕਰ, ਘਰ 'ਚ ਕੀ ਹੁੰਦਾ ਮੈਨੂੰ ਸਾਰਾ ਪਤਾ, ਕੱਲੇ ਕੱਲੇ ਤੇ ਨਜ਼ਰ ਆ ਮੇਰੀ। ਜੇ ਕੱਲੇ ਕੱਲੇ ਤੇ ਨਜ਼ਰ ਆ ਨਾ ਬੀਬੀ,
ਫਿਰ ਨਵੀਂ ਤੇ ਵੀ ਨਜ਼ਰ ਰੱਖ ਵੀ ਉਹ ਕੀ ਕਰਦੀ ਫਿਰਦੀ ਆ। ਮਨਪ੍ਰੀਤ ਆਪਣੀ ਜ਼ਬਾਨ ਬੰਦ ਕਰ ਲਾ, ਗੱਲ ਚੁੰਨੀ ਦੀ ਹੁੰਦੀ ਪਈ ਆ ਤੇ ਤੂੰ ਘੁੰਮ ਫਿਰ ਕੇ ਮੇਰੀ ਕੁੜੀ ਤੇ ਪਹੁੰਚ ਗਈ। ਜੇ ਮੇਰੀ ਮਾਂ ਬਾਰੇ ਬੋਲੋਗੇ ਨਾ ਤਾਂ ਮੈਂ ਸਾਰੇ ਪਰਦੇ ਹੀ ਖੋਲੂੰਗੀ। ਮੇਰੇ ਕੋਲ ਨਵੀਂ ਦੀ ਉਸ ਮੁੰਡੇ ਨਾਲ ਵੀਡੀਓ ਆ, ਜੇ ਕਹੋ ਤਾਂ ਦਿਖਾਵਾਂ। ਨਾ ਕਿਹੜੇ ਮੁੰਡੇ ਨਾਲ ਵੀਡੀਓ ਆ ਨਵੀਂ ਦੀ? ਉਸੇ ਮੁੰਡੇ ਨਾਲ ਜਿਹਦੇ ਨਾਲ ਉਹ ਵਿਆਹ ਕਰਾਉਣ ਨੂੰ ਫਿਰਦੀ ਆ। ਬੀਬੀ ਇਹ ਝੂਠ ਬੋਲਦੀ ਪਈ ਆ, ਨਵੀਂ ਜਿਹੜੇ ਕਾਲਜ 'ਚ ਪੜ੍ਹਦੀ ਆ ਉੱਥੇ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਨੇ, ਇਹਨੂੰ ਵੀ ਤਾਂ ਪਤਾ ਹੀ ਆ ਨਵੀਂ ਕਿਸੇ ਮੁੰਡੇ ਦੇ ਨਾਲ ਪੜ੍ਹਾਈ ਦੀ ਗੱਲ ਕਰਦੀ ਹੋਣੀ ਆ, ਇਹਨੇ ਤਾਂ ਵੀਡੀਓ ਬਣਾ ਕੇ ਮੂਹਰੇ ਕਰ ਦੇਣੀ ਆ। ਅੱਛਾ ਫਿਰ ਚਾਚੀ ਮੈਨੂੰ ਐਂ ਵੀ ਦੱਸ ਦਿਓ ਵੀ ਐਂ ਗਰਦਨ 'ਤੇ ਹੱਥ ਰੱਖ ਕੇ ਗੱਲ 'ਤੇ ਹੱਥ ਫੇਰ ਕੇ ਕਿਹੜੀਆਂ ਪੜ੍ਹਾਈ ਦੀਆਂ ਗੱਲਾਂ ਹੁੰਦੀਆਂ ਨੇ? ਮਨਪ੍ਰੀਤ ਹੁਣ ਤੂੰ ਬਹੁਤ ਜ਼ਿਆਦਾ ਗਲਤ ਬੋਲਦੀ ਪਈ ਆ, ਮੇਰੀ ਕੁੜੀ 'ਤੇ ਇਲਜ਼ਾਮ ਲਾਉਣੀ ਆ। ਤੂੰ ਜਿੱਥੇ ਜਾਣਾ ਨਾ ਦਫ਼ਾ ਹੋ ਉੱਥੇ। ਭੈਣ ਜੀ ਤੁਸੀਂ ਉਹਨੂੰ ਰੋਕਦੇ ਕਿਉਂ ਨਹੀਂ? ਜੇ ਤਾਂ ਇਹ ਝੂਠ ਬੋਲਦੀ ਹੋਵੇ ਫਿਰ ਤਾਂ ਮੈਂ ਇਹਨੂੰ ਰੋਕਾਂ, ਇਹ ਸੱਚ ਬੋਲਦੀ ਪਈ ਆ। ਤੈਨੂੰ ਨਵੀਂ ਦਾ ਖਿਆਲ ਰੱਖਣਾ ਚਾਹੀਦਾ। ਮੈਂ ਖਿਆਲ ਰੱਖਿਆ ਹੋਇਆ, ਤੁਸੀਂ ਜਾਓ ਆਪਣਾ ਜਿੱਥੇ ਜਾਣਾ। ਜਾਂਦੇ ਹਾਂ ਪਰ ਸੱਚ ਲੁਕਦਾ ਨਹੀਂ ਹੁੰਦਾ। ਗੱਲ ਸੁਣ, ਉਹਦੀ ਧੀ ਨੂੰ ਤਾਂ ਤੂੰ ਕਹੀ ਜਾਂਦੀ ਆ, ਆਪਣੀ ਧੀ ਨੂੰ ਵੀ ਪੁੱਛ ਲਾ ਕਿਤੇ ਉਹ ਸੱਚ ਹੀ ਨਾ ਕਹਿੰਦੀ ਹੋਵੇ। ਬੀਬੀ ਹੱਦ ਆ ਤੇਰੀ ਵੀ, ਮੈਂ ਉਹਨੂੰ ਕੀ ਪੁੱਛਣਾ, ਮੈਨੂੰ ਮੇਰੇ ਬੱਚੇ ਦਾ ਪਤਾ, ਉਹ ਇੱਦਾਂ ਦੀ ਹਰਕਤ ਨਹੀਂ ਕਰ ਸਕਦੀ। ਹਾਂ ਕਰੇ ਵੀ ਨਾ ਕੋਈ ਗਲਤੀ, ਨਹੀਂ ਤਾਂ ਮੂਧੇ ਮੂੰਹ ਡਿਗਾਂਗੇ ਤੇ ਨਾਲੇ ਮੂਧੇ ਮੂੰਹ ਗੱਲਾਂ ਸੁਣਨ ਨੂੰ ਮਿਲਣਗੀਆਂ। ਗੱਲਾਂ ਕਿਵੇਂ ਸੁਣਨ ਨੂੰ ਮਿਲਣਗੀਆਂ? ਅਸੀਂ ਨਵੀਂ ਲਈ ਮੁੰਡਾ ਦੇਖਦੇ ਫਿਰਦੇ ਹਾਂ ਤੇ ਇੱਕ ਰਿਸ਼ਤਾ ਆਇਆ ਵੀ ਆ, ਮੈਂ ਤੁਹਾਨੂੰ ਦੱਸਣਾ ਭੁੱਲ ਗਈ, ਮੁੰਡਾ ਬਾਹਰੋਂ ਆ ਤੇ ਅੱਜ ਅਸੀਂ ਉਹਨੂੰ ਦੇਖਣ ਜਾਣਾ। ਢਹਿ ਜਾਣੀਏ ਮੀਸਣੀਏ, ਅੱਜ ਮੁੰਡਾ ਦੇਖਣ ਜਾਣਾ ਤੇ ਤੂੰ ਮੈਨੂੰ ਹੁਣ ਦੱਸਦੀ ਪਈ ਆ? ਮੈਂ ਕਰਨੀ ਸੀ ਤੁਹਾਡੇ ਨਾਲ ਗੱਲ, ਬਸ ਦਿਮਾਗ 'ਚੋਂ ਨਿਕਲ ਗਈ, ਹੁਣ ਬਸ ਜਾਣ ਦੀ ਤਿਆਰੀ ਕਰਦੇ ਹਾਂ। ਕਰ ਲਓ ਭਾਈ ਜੋ ਕੁਛ ਕਰਨਾ, ਮੇਰੀ ਇੱਥੇ ਸੁਣਦਾ ਹੀ ਕੌਣ ਆ ਘਰ 'ਚ? ਸਾਰੇ ਹੀ ਸੁਣਦੇ ਆ ਬੀਬੀ, ਕਿਹੜਾ ਨਹੀਂ ਸੁਣਦਾ, ਨਾਲ ਸਾਰੀ ਗੱਲ ਤੈਨੂੰ ਦੱਸਦੇ ਵੀ ਹਾਂ। ਉਹ ਤੂੰ ਵੀ ਦੱਸ ਦਿੰਦੀ ਆ, ਗੁਰਪ੍ਰੀਤ ਵੀ ਦੱਸ ਦਿੰਦਾ, ਪਰ ਆ ਤੇਰੇ ਜਵਾਕ ਤਾਂ ਨਹੀਂ ਨਾ ਦੱਸਦੇ ਕੁਛ। ਕਿਹਦੀ ਗੱਲ ਕਰਦੇ ਹੋ ਬੀਬੀ, ਕੌਣ ਨਹੀਂ ਦੱਸਦਾ? ਆਹਾ ਤੇਰਾ ਅਮਰ, ਉਹਨੂੰ ਬਿਠਾ ਕੇ ਮੈਂ ਕੋਈ ਗੱਲ ਕਰਨੀ ਆ, ਉਹ ਬੈਠਣ 'ਤੇ ਹੀ ਨਹੀਂ ਆਉਂਦਾ ਮੇਰੇ ਕੋਲ। ਕੋਈ ਨਹੀਂ ਬੀਬੀ, ਮੈਂ ਕਹਿ ਦੂੰਗੀ ਅਮਰ ਨੂੰ, ਬਹਿ ਜੂਗਾ ਤੁਹਾਡੇ ਕੋਲ। ਪਰ ਬੀਬੀ ਆ ਮਨਪ੍ਰੀਤ ਜਿਹੜੀ ਵੀਡੀਓ ਵਾਲੀ ਗੱਲ ਕਰਕੇ ਗਈ ਹੈ ਨਾ, ਕਿਤੇ ਮੇਰੀ ਧੀ ਨੂੰ ਬਦਨਾਮ ਹੀ ਨਾ ਕਰ ਦੇਵੇ। ਉਹ ਐਂ ਕਿਵੇਂ ਬਦਨਾਮ ਕਰ ਦੂੰ, ਕੁੜੀ ਦੀ ਹਵਾ ਵੱਲ ਝਾਕ ਕੇ ਦੇਖੇ ਕੋਈ, ਮੈਂ ਬਹੁਤ ਵੱਡਾ ਕਲੇਸ਼ ਕਰੂੰ, ਫਿਰ ਚਾਹੇ ਦੇਵ ਮੇਰੇ ਹੱਥ ਮਰੋੜੇ ਚਾਹੇ ਮੇਰੀਆਂ ਲੱਤਾਂ ਤੋੜੇ। ਬੀਬੀ ਤੂੰ ਇਸੇ ਗੱਲ 'ਤੇ ਰਹਿਣਾ, ਜੇ ਆ ਵੀਡੀਓ ਵਾਲੀ ਗੱਲ ਮੂਹਰੇ ਆਈ ਨਾ ਤਾਂ ਤੂੰ ਸਾਡੇ ਨਾਲ ਖੜਨਾ। ਨਾ ਅੱਗੇ ਤਾਂ ਮੈਂ ਗਾਹਾਂ ਗੁਆਂਢੀਆਂ ਨਾਲ ਖੜ ਗਈ, ਉਹ ਤੁਹਾਡੇ ਨਾਲ ਹੀ ਖੜੂੰਗੀ, ਬੇਫਿਕਰ ਹੋ ਜਾ। ਠੀਕ ਆ ਬੀਬੀ। ਆ ਲਓ ਆਪਾਂ ਜੀ ਪਾਣੀ। ਪੁੱਤ ਜੇ ਆਪਾਂ ਔਖੇ ਸੌਖੇ ਹੋ ਕੇ ਇੰਨੀ ਕੁ ਜਗ੍ਹਾ 'ਚ ਆਪਣਾ ਦਫ਼ਤਰ ਬਣਾ ਲਈਏ, ਥੋੜ੍ਹਾ ਬੈਠਣਾ ਉੱਠਣਾ ਸੌਖਾ ਹੋ ਜਾਏਗਾ।
ਉਹ ਤਾਂ ਗੱਲ ਸਹੀ ਹੈ ਪਾਪਾ ਜੀ, ਪਰ ਦਫ਼ਤਰ ਬਣਾਉਣ ਲਈ ਪੈਸੇ ਵੀ ਤਾਂ ਲੱਗਣਗੇ। ਪੈਸੇ ਤਾਂ ਹੈ ਨਹੀਂ, ਅਤੇ ਵਾਰ ਵਾਰ ਮਾਮਾ ਜੀ ਨੂੰ ਕਹਿੰਦਾ ਮੈਂ ਚੰਗਾ ਵੀ ਨਹੀਂ ਲੱਗਦਾ। ਹੁਣ ਤਾਂ ਮੈਂ ਮਾਮੇ ਨੂੰ ਫੋਨ ਕਰਨਾ ਹੀ ਬੰਦ ਕਰਤਾ। ਉਹਨਾਂ ਨੂੰ ਐਂ ਲੱਗਦਾ ਵੀ ਜਦੋਂ ਵੀ ਮੈਂ ਫੋਨ ਕਰਨਾ ਹੁੰਦਾ ਮੈਂ ਕੋਈ ਨਾ ਕੋਈ ਪੇਸ਼ਕਾਰੀ ਵੀ ਛੱਡਣੀ ਹੁੰਦੀ ਆ। ਜਿਵੇਂ ਹੁਣ ਦਫ਼ਤਰ ਨੂੰ ਕਿਹਾ ਤਾਂ ਮਾਮੀ ਨੇ ਮੂਹਰਿਓਂ ਕਹਿ ਦੇਣਾ ਕਿ ਯਾਰ ਇੰਨਾ ਕੰਮ ਤਾਂ ਤੁਸੀਂ ਆਪ ਕਰ ਲਓ, ਆਪਾਂ ਜਿੰਨੀ ਕੁ ਦੇਰ ਸਰਦਾ ਉਨੀ ਦੇਰ ਸਾਰ ਲੈਂਦੇ ਹਾਂ। ਉਹ ਤਾਂ ਆਪਾਂ ਸਾਰੀ ਤਾਂ ਜਾਂਦੇ, ਇੰਨਾ ਟਾਈਮ ਹੋ ਗਿਆ। ਪਰ ਇਸ ਗੱਲ ਦਾ ਪਤਾ ਕੀ ਹੈ, ਗਾਹਕ ਦੇ ਉੱਤੇ ਬੜਾ ਇੰਪਰੈਸ਼ਨ ਪੈਂਦਾ। ਪੁੱਤ ਦਫ਼ਤਰ ਹੋਣਾ ਤਾਂ ਜ਼ਰੂਰੀ ਹੈ। ਜ਼ਰੂਰੀ ਤਾਂ ਹੈਗਾ ਪਾਪਾ ਜੀ, ਪਰ ਹੁਣ ਮੈਂ ਮੰਮੀ ਨਾਲ ਗੱਲ ਕਰਕੇ ਦੇਖਦਾ, ਪੁੱਛਦਾ ਉਹਨਾਂ ਨੂੰ ਵੀ ਜੇ ਦਫ਼ਤਰ ਜੋਗੇ ਪੈਸੇ ਕੱਢ ਦੇਣ। ਪੁੱਤ ਆਪਾਂ ਐਂ ਕਰਦੇ ਹਾਂ, ਕੁਛ ਪੈਸੇ ਤਾਂ ਮੇਰੇ ਕੋਲ ਵੀ ਹੈਗੇ 10-12 ਹਜ਼ਾਰ ਰੁਪਇਆ, ਅਤੇ ਬਾਕੀ ਜਿਹੜੇ ਕੁਛ ਪੈਸੇ ਥੁੜਨਗੇ ਉਹਨਾਂ ਦਾ ਆਪਾਂ ਜੁਗਾੜ ਕਰ ਲੈਂਦੇ ਕੋਈ। ਠੀਕ ਹੈ ਪਾਪਾ ਜੀ, ਜਿਵੇਂ ਤੁਸੀਂ ਕਹੋ। ਪਰ ਪਾਪਾ ਜੀ ਦਫ਼ਤਰ ਦੇ ਨਾਲ ਨਾ ਚਾਰ ਚੀਜ਼ਾਂ ਹੋਰ ਜੁੜ ਜਾਣੀਆਂ ਨੇਗੀਆਂ। ਇਹ ਨਹੀਂ ਹੈਗਾ ਵੀ ਇਕੱਲੀ ਚਾਰ ਦੀਵਾਰੀ ਹੋਣ ਦੇ ਨਾਲ ਸਰ ਜੂਗਾ। ਟੇਬਲ ਚਾਹੀਦਾ, ਕੁਰਸੀਆਂ ਚਾਹੀਦੀਆਂ ਨੇ, ਫਿਰ ਉਹਨੂੰ ਰੰਗ ਰੋਗਨ ਵੀ ਕਰਾਉਣਾ ਪੈਣਾ, ਪੱਖਾ, ਬਿਜਲੀ ਦੀ ਫਿਟਿੰਗ, ਮਿਸਤਰੀਆਂ ਦਾ ਖਰਚਾ। ਮੈਨੂੰ ਲੱਗਦਾ ਨਹੀਂ ਇੰਨਾ ਖਰਚਾ ਆਪਣੇ ਕੋਲ ਹੋਊਗਾ। ਨਾ ਨਾ ਕਹਿੰਦੇ ਨੂੰ ਵੀ 1-1.5 ਲੱਖ ਰੁਪਇਆ ਤਾਂ ਲੱਗ ਜਾਣਾ। ਤੁਹਾਡੇ ਕੋਲ 10-12 ਹਜ਼ਾਰ ਆ, 10-12 ਹਜ਼ਾਰ ਮੈਂ ਕਰ ਲਊਂਗਾ, 10-12 ਹਜ਼ਾਰ ਮੰਮੀ ਦੇ ਦੇਣਗੇ। ਆਪਾਂ ਤਾਂ ਪਾਪਾ ਜੀ ਤੀਜੇ ਹਿੱਸੇ 'ਤੇ ਵੀ ਨਹੀਂ ਪਹੁੰਚੇ। ਚੱਲ ਪੁੱਤ ਆਪਾਂ ਐਂ ਕਰਦੇ ਹਾਂ, ਜਦੋਂ ਕੋਈ ਆਰਡਰ ਆਊਗਾ ਨਾ ਮਸ਼ੀਨਾਂ ਦਾ ਆਪਾਂ ਫਿਰ ਉਦੋਂ ਕਰ ਲਾਂਗੇ, ਰਹਿਣ ਦਿਓ। ਠੀਕ ਹੈ ਪਾਪਾ ਜੀ, ਪਰ ਪਾਪਾ ਜੀ ਮਸ਼ੀਨਾਂ ਤਾਂ ਠੀਕ ਹੋ ਗਈਆਂ, ਪਰ ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਸਮਾਨ ਕੀ ਤਿਆਰ ਕਰਨਾ। ਫੋਰਮੈਨ ਵੀ ਨਹੀਂ ਅੱਜ ਆਇਆ, ਉਹਨਾਂ ਨੂੰ ਫੋਨ ਕੀਤਾ ਸੀਗਾ, ਉਹ ਕਹਿੰਦੇ ਅੱਜ ਮੇਰੀ ਸਿਹਤ ਨਹੀਂ ਠੀਕ, ਮੈਂ ਕੱਲ੍ਹ ਨੂੰ ਆਊਂਗਾ। ਪਰ ਆਰਡਰ ਆ ਕਿਉਂ ਨਹੀਂ ਰਿਹਾ? ਉੱਧਰ ਚਾਚੇ ਵਾਲੇ ਪਾਸੇ ਦੇਖੋ, ਸਾਰੇ ਬੰਦੇ ਕੰਮ ਕਰਦੇ ਪਏ ਆ, ਆਪਣੇ ਵਾਲੇ ਪਾਸੇ ਕੋਈ ਵੀ ਨਹੀਂ ਹੈਗਾ, ਕਿਵੇਂ ਕਰਾਂਗੇ? ਉਹ ਤਾਂ ਜਿਸ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ, ਉਸ ਗੱਲ ਦਾ ਸਭ ਤੋਂ ਵੱਡਾ ਜਿਹੜਾ ਜਵਾਬ ਹੁੰਦਾ ਉਹ ਹੈਗਾ ਸਮਾਂ। ਸਮਾਂ ਉਹ ਕਿਵੇਂ ਪਾਪਾ ਜੀ? ਸਮੇਂ ਨਹੀਂ ਦੱਸਣਾ ਵੀ ਅੱਗੇ ਨੂੰ ਮੈਂ ਕਿੱਦਾਂ ਦਾ ਆਉਣਾ, ਸਮੇਂ ਨਹੀਂ ਦੱਸਣਾ। ਪਹਿਲਾਂ ਮੈਂ ਬੁਰਾ ਸੀ ਪਰ ਮੈਂ ਹੁਣ ਚੰਗਾ ਹੋ ਗਿਆ। ਸਮੇਂ ਨੇ ਇਹ ਵੀ ਦੱਸਣਾ ਕਿਹੜਾ ਤੇਰੇ ਨਾਲ ਸੀ ਅਤੇ ਕਿਹੜਾ ਖਿਲਾਫ ਸੀ। ਪੁੱਤ ਜਦੋਂ ਵਕਤ ਬਦਲਣਾ ਨਾ ਉਦੋਂ ਪਤਾ ਵੀ ਨਹੀਂ ਲੱਗਣਾ। ਇਸੇ ਕਰਕੇ ਮੈਂ ਕਹਿੰਦਾ ਜਿਹੜਾ ਸਮਾਂ ਹੈ ਨਾ ਸਭ ਤੋਂ ਵੱਡਾ ਜਵਾਬ ਹੈ। ਇੱਕ ਤਾਂ ਨਾ ਪਾਪਾ ਜੀ ਤੁਸੀਂ ਆ ਉਂਗਲ ਜੀ ਚੱਕ ਕੇ ਨਾ ਡਾਇਲੋਗ ਬਹੁਤ ਵਧੀਆ ਮਾਰਦੇ ਹੋ, ਪਰ ਆਪਾਂ ਅਸਲ ਜ਼ਿੰਦਗੀ ਦੀ ਗੱਲ ਕਰਦੇ ਹਾਂ। ਉਹ ਸਮਾਂ ਬਦਲਣ ਨੂੰ ਹੀ ਬਹੁਤ ਸਮਾਂ ਲੱਗੀ ਜਾਂਦਾ। ਸਮਾਂ ਤਾਂ ਬਦਲ ਚੁੱਕਿਆ, ਬਸ ਥੋੜ੍ਹਾ ਜਿਹਾ ਹੋਰ ਬਦਲਣਾ। ਪਹਿਲਾਂ ਤੈਨੂੰ ਕੁਛ ਨਹੀਂ ਪਤਾ ਸੀ ਪਰ ਹੁਣ ਤੈਨੂੰ ਬਹੁਤ ਕੁਛ ਪਤਾ ਲੱਗਣ ਲੱਗ ਪਿਆ। ਪਹਿਲੇ ਤੈਨੂੰ ਮਸ਼ੀਨਾਂ ਦੇ ਨਾਮ ਤੱਕ ਨਹੀਂ ਪਤਾ ਸੀ ਅਤੇ ਹੁਣ ਤੈਨੂੰ ਮਸ਼ੀਨਾਂ ਦਾ ਵੀ ਪਤਾ ਲੱਗ ਗਿਆ ਵੀ ਕਿਹੜੀ ਮਸ਼ੀਨ ਕਿਹੜਾ ਕੰਮ ਕਰਦੀ ਹੈ ਅਤੇ ਕਿਹੜੀ ਮਸ਼ੀਨ ਕਿਹੜਾ ਕੰਮ ਕਰਦੀ ਹੈ। ਉਹ ਤਾਂ ਪਾਪਾ ਜੀ ਸਾਰਾ ਕੁਛ ਤੁਸੀਂ ਸਿਖਾਇਆ, ਤੁਹਾਡੇ ਸਿਖਾਉਣ ਦਾ ਤਰੀਕਾ ਹੀ ਇੰਨਾ ਵਧੀਆ ਕਿ ਬੰਦਾ ਸਾਰਾ ਕੁਛ ਸਿੱਖ ਜਾਂਦਾ, ਫਿਰ ਉਂਗਲ ਜੀ ਚੱਕ ਲੈਂਦੇ ਹੋ। ਕਿਸ ਦਿਨ ਤੁਸੀਂ ਮੇਰੀ ਅੱਖ ਭੰਨ ਦੇਣੀ ਆ। ਉਹ ਮੈਂ ਕਿਸੇ ਦਿਨ ਤੇਰਾ ਢਿੱਡ ਵੀ ਭੰਨ ਦੇਣਾ, ਗੱਲਾਂ ਮਾਰ ਜਾਣਾ, ਮੈਨੂੰ ਗੁੱਸਾ ਦਵਾਉਣਾ। ਚੱਲ ਜਾ ਕੇ ਚਾਹ ਲੈ ਕੇ ਆ। ਫੇਰ ਚਾਹ?
ਉਹ ਤੀਜਾ ਕੱਪ ਹੋ ਜਾਣਾ ਅੱਜ। ਚਾਹ ਮੈਂ ਲੈ ਆਉਣਾ ਪਰ ਐਤਕੀ ਮੈਂ ਬਗੈਰ ਮਿੱਠੇ ਤੋਂ ਲੈ ਕੇ ਆਊਂਗਾ। ਉਹ ਤੇਰਾ ਦਿਮਾਗ ਠੀਕ ਹੈ? ਉਹ ਬਿਨਾਂ ਮਿੱਠੇ ਤੋਂ ਕਿਹੜੀ ਚਾਹ ਹੁੰਦੀ ਹੈ? ਉਹ ਥੋੜ੍ਹਾ ਜਿਹਾ ਮਿੱਠਾ ਪਵਾ ਲਈ ਮਾੜਾ ਜਾ। ਮੈਂ ਨਹੀਂ ਪਵਾਉਣਾ ਮਿੱਠਾ, ਸ਼ੂਗਰ ਆ ਤੁਹਾਨੂੰ ਚੰਗਾ ਭਲਾ ਪਤਾ, ਤਾਂ ਵੀ ਮਿੱਠਾ ਪਵਾ ਦੀ, ਮਿੱਠਾ ਪਵਾ ਦੀ। ਉਹ ਯਾਰ ਚੱਲ ਥੋੜ੍ਹਾ ਜਿਹਾ ਪਵਾ ਹੀ ਲਈ। ਨਹੀਂ ਪਵਾਉਣਾ ਮੈਂ ਮਿੱਠਾ, ਜੇ ਸ਼ੂਗਰ ਵੱਧ ਗਈ ਨਾ ਬੀਬੀ ਨੂੰ ਚਾਰ ਗੱਲਾਂ ਮਿਲ ਜਾਣੀਆਂ ਨੇ ਸੁਣਾਉਣ ਨੂੰ। ਤੁਹਾਨੂੰ ਚੋਰੀ ਛਿਪੇ ਮੈਂ ਚਾਹ ਪਿਆਈ ਜਾਂਦਾ, ਮੈਂ ਨਹੀਂ ਹੋਰ ਪੀਣ ਦੇਣੀ। ਉਹ ਦੇਖ ਲੈ ਤੂੰ ਮੇਰਾ ਯਾਰ ਪੋਤਾ ਨਹੀਂ ਹੈਗਾ, ਜਾ ਜਾ ਕੇ ਲਿਆ ਯਾਰ। ਯਾਰ ਪੋਤਾ ਕਹਿ ਕਹਿ ਕੇ ਕੰਮ ਕਰਵਾਈ ਚੱਲੋ ਮੇਰੇ ਤੋਂ, ਇੰਨਾ ਕੁ ਬਿਲਕੁਲ ਇੰਨਾ ਕੁ ਮਿੱਠਾ ਹੋਊਗਾ ਅਤੇ ਇਹ ਤੋਂ ਬਾਅਦ ਚਾਹ ਨਹੀਂ ਮਿਲਣੀ। ਠੀਕ ਹੈ, ਤਜਾਬ ਵੀ ਬਣਦਾ। ਠੀਕ ਹੈ, ਹੱਦ ਹੁੰਦੀ ਆ। ਹਾਂਜੀ ਭਾਅ ਜੀ, ਆਪਣੇ ਇੱਥੇ ਗਰੈਂਡਰ ਮਸ਼ੀਨਾਂ ਬਣਦੀਆਂ ਨੇ? ਹਾਂਜੀ ਬਣਦੀਆਂ ਨੇ ਜੀ। ਮੈਨੂੰ ਚਾਰ ਮਸ਼ੀਨਾਂ ਚਾਹੀਦੀਆਂ ਨੇ, ਦੇ ਦੋਗੇ? ਹਾਂਜੀ ਮਿਲ ਜਾਣਗੀਆਂ।